ਕੰਮ ਕਰ ਬਹਿ ਜੋ ਜੇ ਖੜਨਾ ਖੜ ਜੋ ਜੇ ਯਾਰ ਆ ਕੀ ਕਰ ਜੋ ਭਾਈ ਕੋਈ ਨੀ ਜਦ ਸੈਟਲ ਹੋ ਜਾਓ ਯਾਰ ਦੱਸ ਦਿਓ ਫਿਰ ਆਪਾਂ ਸ਼ੁਰੂ ਕਰ ਹਿੰਦੀ ਪੰਜਾਬੀ ਹਿੰਦੁਸਤਾਨੀ ਸਭ ਕਰ ਦਿਆਂਗੇ ਘਬਰਾਵਾਂ ਇੰਗਲਿਸ਼ ਵੀ ਹੋਊਗੀ ਸਾਰੇ ਤਿੰਨੇ ਲੈਂਗੁਏਜ ਵੀ ਮੇਕ ਸ਼ੋਰ ਕਿ ਐਵਰੀਬਡੀ ਸਵਾਲ ਜਵਾਬ ਕਰ ਲਓ ਜੇ ਕੋਈ ਇੱਕ ਅੱਧਾ ਕਰ ਸਕਦਾ ਤਾਂ ਤੁਹਾਡੇ ਆਈ ਥਿੰਕ ਲੁਧਿਆਣਾ ਨਾਲ ਦਾ ਇਹ ਫਸਟ ਹੈ ਬਾਕੀ ਤਾਂ ਅਸੀਂ ਉੱਥੇ ਆਲੇ ਦੁਆਲੇ ਕਰਦੇ ਰਹੇ ਹਾਂ ਦੇਖਿਆ ਐਸਾ ਹੈ ਕਿ 9 ਤਾਰੀਖ ਕੋ ਅਨਫੋਰਚੁਨੇਟਲੀ ਜਬ ਚੋਕਲੇਟ ਡੇ ਥਾ ਤੋ ਸ਼ਹਿਰ ਕੇ ਇੱਕ ਲੜਕੀ ਔਰ ਲੜਕਾ ਦੇ ਹੈਡ ਗੋਨ ਟੂਵਰਡਸ ਇੱਛੇਵਾਲ ਜੋ ਸਿੱਧਵਾਂ ਬੇਟ ਕੈਨਾਲ ਹੈ ਰਫਲੀ ਅਰਾਊਂਡ ਜੋ ਹਮਨੇ ਸੀ ਸੀ ਟੀ ਵੀ ਫੁਟੇਜ ਸੇ ਦੇਖਾ 8:26 ਪੇ ਜਨਪਥ ਕਲੋਨੀ ਕੋ ਕ੍ਰੋਸ ਕੀਆ ਹੈ ਉਸ ਤੋਂ ਬਾਅਦ ਅੱਗੇ ਜਾ ਕੇ ਇੱਛੇਵਾਲ ਜੋ ਮਾਈਕਰੋ ਹਾਈਡਲ ਪ੍ਰੋਜੈਕਟ ਲਗਾ ਹੋਇਆ ਹੈ ਵਹਾਂ ਸੇ ਆਗੇ ਜਾ ਕੇ ਟੂਵਰਡਸ ਡਾਊਨ ਸਟ੍ਰੀਮ ਉੱਥੇ ਇਹਨਾਂ ਨੂੰ ਇਹ ਮੁੰਡਿਆਂ ਨੇ ਅਸੋਲਟ ਕੀਤਾ ਅਸੋਲਟ ਕਰਕੇ ਇਹਨਾਂ ਨੂੰ ਨਾਲ ਚਾਰ ਦੀਵਾਰੀ ਵਾਲਾ ਪਲੋਟ ਸੀ ਉੱਥੇ ਲਿਜਾ ਕੇ ਇਸ ਜੋ ਵੀ ਹੈ ਕੁਕਰਮ ਕੀਤੇ ਨੇ ਅਤੇ ਉਸ ਤੋਂ ਬਾਅਦ ਸਬਸੀਕੁਐਂਟਲੀ ਜਿਹੜਾ ਤੁਸੀਂ ਟੀ ਵੀ 'ਤੇ ਵੀ ਦੇਖਿਆ ਹੋਣਾ ਇਹਨਾਂ ਨੇ ਇਹਨਾਂ ਦੇ ਫਰੈਂਡ ਤੋਂ ਪੈਸੇ ਦੀ ਡਿਮਾਂਡ ਵੀ ਕੀਤੀ ਹੈ ਤੋ ਇਹ ਜਿਹੜਾ ਸਾਰਾ ਕਰਨ ਤੋਂ ਬਾਅਦ 10 ਤਰੀਕ ਇਹ 9 ਤਰੀਕ ਨੂੰ ਵੇਟ ਕਰਦੇ ਰਹੇ ਨੇ 10 ਤਰੀਕ ਨੂੰ ਇਹਨਾਂ ਨੇ ਨੈਚੁਰਲੀ ਐਡਾ ਵੱਡਾ ਹੁੰਦਾ ਤਾਂ ਬੱਚੇ ਅਤੇ ਬੱਚੀ ਦੇ ਮਨ 'ਤੇ ਬੋਝ ਹੁੰਦਾ ਪੇਰੈਂਟਸ ਦਾ ਹੁੰਦਾ ਸਾਰਾ ਕੁਛ ਤੋ ਸਬਸੀਕੁਐਂਟਲੀ ਸ਼ਾਮ ਨੂੰ ਇਹਨਾਂ ਨੇ ਅਪਰੋਚ ਕੀਤਾ ਹੈ ਆਪਣੇ ਪੁਲਿਸ ਸਟੇਸ਼ਨ ਦਾਖਾ ਨੂੰ ਉੱਥੇ ਮੈਡਮ DSP ਨੇ ਹਰਕਮਲ ਔਰ SHO ਇਹਨਾਂ ਨੇ ਬਕਾਇਦਾ ਨਾਲ ਦੀ ਸਟੇਟਮੈਂਟ ਲਈ ਹੈ ਸਟੇਟਮੈਂਟ ਲੈ ਕੇ 11:30 CHC ਸੁਧਾਰ ਫੋਰ ਮੈਡੀਕਲ ਲੈ ਕੇ ਗਏ ਪਰ ਅਨਫੋਰਚੂਨੇਟ ਰਾਤ ਨੂੰ ਹੁੰਦਾ ਨਹੀਂ ਤਾਂ ਅਗਲੇ ਦਿਨ ਯਸਟਰਡੇ ਮੋਰਨਿੰਗ ਇਹ ਜਿਹੜਾ ਉੱਥੇ ਮੈਡੀਕਲ ਕਰਵਾਇਆ ਗਿਆ ਉੱਥੇ ਜਦ ਮੈਡੀਕਲ ਚੱਲ ਰਿਹਾ ਸੀ ਉੱਥੇ ਮੈਂ ਵੀ ਗਿਆ ਉੱਥੇ ਮੌਕੇ ਦੇ ਉੱਤੇ ਸਾਡੇ SSP ਵੀ ਸੀ ਅਸੀਂ ਸਾਰਿਆਂ ਜਾ ਕੇ ਉੱਥੇ ਉਸ ਤੋਂ ਬਾਅਦ ਡਾਕਟਰ ਦੀ ਪਰਮਿਸ਼ਨ ਦੇ ਨਾਲ ਜਾਂ ਉਹਨਾਂ ਨੇ ਦੱਸਿਆ ਵੀ ਸ਼ੀ ਇਜ਼ ਫਿਟ ਠੀਕ ਹੈ ਜੀ ਸ਼ੀ ਇਜ਼ ਅ ਬਰੇਵ ਗਰਲ ਐਂਡ ਸ਼ੀ ਵਿਲ ਕੋਆਪਰੇਟ ਐਂਡ ਸ਼ੀ ਵਿਲ ਉਹਨਾਂ ਤੋਂ ਅਸੀਂ ਕਾਫੀ ਕਲੂਜ਼ ਵਾਈਟਲ ਐਵੀਡੈਂਸ ਸਾਰਾ ਉਹਨਾਂ ਤੋਂ ਗੱਲਬਾਤ ਸੁਣੀ ਕਲੈਕਟ ਕੀਤਾ ਅਤੇ ਸਬਸੀਕੁਐਂਟਲੀ ਮੌਕੇ 'ਤੇ ਵੀ ਗਏ ਮੌਕੇ ਤੋਂ ਟੈਕਨੀਕਲ ਜਿੰਨੀ ਵੀ ਹੁੰਦੀ ਹੈ ਉਹ ਕਲੂਜ਼ ਐਵੀਡੈਂਸ ਹੋਰ ਵੀ ਫਿਜ਼ੀਕਲ ਐਵੀਡੈਂਸ ਸਾਰੇ ਕਲੈਕਟ ਕੀਤੇ ਅਤੇ ਉਹਨਾਂ ਸਾਰਿਆਂ ਨੂੰ ਐਨਾਲਾਈਜ਼ ਕਰਕੇ ਹੋਲ ਨਾਈਟ ਕੱਲ੍ਹ ਦੀ ਰਾਤ ਸਾਡੀਆਂ ਪੁਲਿਸ ਪਾਰਟੀਆਂ ਮੈਂ ਉਸ ਦਿਨ ਵੀ ਕਿਹਾ ਸੀ ਲੋਕਲ ਪੁਲਿਸ ਦੇ ਨਾਲ ਅਸੀਂ ਇਨ ਟੱਚ ਸੀ ਅਤੇ ਕੱਲ੍ਹ ਰਾਤ ਅਸੀਂ ਸਾਰੀਆਂ ਆਪਣੇ ਆਲ ਓਵਰ 3-4 ਜ਼ਿਲ੍ਹਿਆਂ 'ਚ ਜਿੱਥੇ ਸਾਨੂੰ ਕਲੂਜ਼ ਹੈਗੇ ਸੀ ਸ਼ਾਰਟਲਿਸਟ ਕੀਤੇ ਸੀ ਉੱਥੇ ਅਸੀਂ ਰੇਡ ਕੀਤੇ ਉਹਨਾਂ ਦੇ ਉੱਤੇ ਰੇਡਸ ਦੇ ਵਿੱਚੋਂ ਅਨਫੋਰਚੁਨੇਟਲੀ ਜਿਹੜੇ ਲੋਕਲ ਕੀਤੇ ਸੀ ਉਹਨਾਂ ਦੇ ਵਿੱਚ ਸਾਡੀ ਕੋਈ ਜ਼ਿਆਦਾ ਸਕਸੈਸ ਨਹੀਂ ਸੀ ਇੱਕ
ਨਵਾਂ ਸ਼ਹਿਰ ਬੰਗਾ ਏਰੀਆ 'ਚ ਕੀਤਾ ਸੀ। ਉੱਥੋਂ ਸਾਨੂੰ ਸਾਦਿਕ ਅਲੀ ਨਾਂ ਦਾ ਮੁੰਡਾ ਮਿਲਿਆ ਸੀ, ਜਿਸ ਨੇ ਸਾਰਾ ਅੱਜ ਸ਼ਾਮ ਨੂੰ ਮੈਂ ਦੱਸਦਾ ਸੀ ਇਹ ਕਲੀਅਰ ਕੀਤਾ ਸੀ। ਅਤੇ ਇਹ ਜਿਹੜਾ ਮੇਨ ਲੜਕੇ ਦੀ ਗੱਲਬਾਤ ਤੋਂ ਅਤੇ ਹੋਰ ਐਵੀਡੈਂਸ ਤੋਂ ਟੈਕਨੀਕਲ ਤੋਂ ਜਿਹੜਾ ਸਾਡਾ ਮੇਨ ਉੱਭਰ ਰਿਹਾ ਸੀ ਉਹ ਜਗਰੂਪ ਸਿੰਘ ਸਨਮ ਮਲਕੀਤ ਸਿੰਘ ਪਿੰਡ ਜਸਪਾਲ ਬਾਂਗਰ ਜੋ ਕਿ ਸ਼ਹਿਰ ਦੇ ਅੰਦਰ ਹੈ ਉੱਥੇ ਉਹ ਐਮਰਜ ਹੋ ਰਿਹਾ ਸੀ। ਇਹਦੇ ਲਈ ਸਾਡੀ ਪੁਲਿਸ ਪਾਰਟੀ ਅੰਡਰ ਜਗਦੀਸ਼ ਇੰਸਪੈਕਟਰ ਜਗਦੀਸ਼ ਅਤੇ DSP ਡੀ ਅਮਨਦੀਪ ਇਹਨਾਂ ਸਾਰਿਆਂ ਨੇ ਆ ਕੇ ਲੋਕਲ ਪੁਲਿਸ ਨੂੰ DCP ਸਾਹਿਬ ਨੂੰ ਅਤੇ ਲੋਕਲ ਪੁਲਿਸ ਨੂੰ ਕੰਟੈਕਟ ਕੀਤਾ। ਲੋਕਲ ਪੁਲਿਸ ਨੂੰ ਲੈ ਕੇ ਇਹਨਾਂ ਨੇ ਰੇਡਸ ਕਰੀਆਂ ਨੇ ਅਤੇ ਕਾਫੀ ਪ੍ਰੈਸ਼ਰ ਦਬਾਅ 'ਚ ਸਾਰਾ ਦਿਨ ਬਣਾ ਕੇ ਰੱਖਿਆ। ਉਹਦਾ ਐਂਡ ਰਿਜ਼ਲਟ ਇਹ ਹੋਇਆ ਕਿ ਸ਼ਾਮ ਨੂੰ ਲੇਟ ਈਵਨਿੰਗ ਥੋੜ੍ਹੀ ਦੇਰ ਪਹਿਲਾਂ ਜਿਹੜਾ ਜਗਰੂਪ ਸਿੰਘ ਪੁੱਤਰ ਮਲਕੀਤ ਸਿੰਘ ਹੈ ਉਹ ਜਦ ਪੁਲਿਸ ਪਾਰਟੀਆਂ ਘੁੰਮ ਰਹੇ ਤਾਂ ਉਹਨਾਂ ਨੂੰ ਲੋਕਲ ਆਪਣੇ ਪਿੰਡ ਦੇ ਬੰਦੇ ਨੂੰ ਲੈ ਕੇ ਪੇਸ਼ ਹੋ ਗਿਆ ਅਤੇ ਉਹਦੀ ਜਿਹੜੀ ਆ ਲੋਕਲ ਜਿਹੜੇ ਆਪਣੇ ਨੇ DCP ਸਾਹਿਬ ਅਤੇ ਇਹਨਾਂ ਸਾਰਿਆਂ ਅਤੇ ਜਦੋਂ ਇਤਲਾਹ ਮਿਲੀ ਆ ਤਾਂ ਉਸ ਤੋਂ ਬਾਅਦ ਇਹ ਸਾਡੇ ਜਿਹੜੇ ਇੰਸਪੈਕਟਰ ਜਗਦੀਸ਼ ਅਤੇ IO ਨੇ ਜਿਹੜੇ ਪਾਰਟੀ ਆਈਆਂ ਸੀ ਉਹਨਾਂ ਨੇ ਹੁਣ ਇਹਦੀ ਫੋਰਮਲੀ ਅਰੈਸਟ ਪਾ ਲਈ ਹੈ ਅਤੇ ਅਸੀਂ ਅਰੈਸਟ ਪਾ ਕੇ ਇਹਨੂੰ ਜਿਹੜਾ ਦਾਖੇ ਥਾਣੇ 'ਤੇ ਜਾ ਰਿਹਾ ਅਤੇ ਅੱਗੇ ਦੀ ਫਰਦਰ ਪੁੱਛ ਗਿੱਛ ਕਰਾਂਗੇ। ਹਾਂਜੀ ਮੈਂ ਜੀ ਕੋਰਟ 'ਚ ਨਹੀਂ ਕੀਤਾ, ਮੇਰੀ ਗੱਲ ਨਹੀਂ ਸਮਝੋ ਵੀ ਮੈਂ ਇਹ ਗੱਲ ਕਹੀ ਹੈ ਤੁਹਾਨੂੰ ਕਿ ਸਾਡੀਆਂ ਪਾਰਟੀਆਂ ਆ ਕੇ ਲੋਕਲ ਪੁਲਿਸ ਨੂੰ ਕੰਟੈਕਟ ਕੀਤਾ ਸਾਨੂੰ ਆਹ ਬੰਦਾ ਚਾਹੀਦਾ ਜਗਰੂਪ ਸਿੰਘ ਸਨਮ ਮਲਕੀਤ ਸਿੰਘ, ਰਾਤ ਵੀ ਦਿਨੇ ਵੀ ਜੁਆਇੰਟਲੀ ਅਸੀਂ ਰੇਡਾਂ ਕਰ ਰਹੇ ਹਾਂ। ਹੁਣ ਸਾਰਾ ਦਿਨ ਦਾ ਪ੍ਰੈਸ਼ਰ ਪਿਆ ਹੋਇਆ ਸੀ, ਸ਼ਾਮ ਨੂੰ ਇਹ ਜਿਹੜਾ ਜਗਰੂਪ ਸਿੰਘ ਹੈ ਇਹ ਕੁਛ ਮੁਹਤਵਰ ਬੰਦਿਆਂ ਨੂੰ ਲੈ ਕੇ ਪੇਸ਼ ਹੋਇਆ। 30-32 ਸਾਲ ਹੈ ਅਤੇ ਯਾਰ ਹੁਣ ਮੈਨੂੰ ਪੂਰਾ ਕਰ ਲੈਣ ਤੋਂ ਫਿਰ ਆਪਾਂ ਕੰਮ ਕਰਾ ਦਿਆਂਗੇ ਕਾਕਾ। ਅਤੇ 30-32 ਸਾਲ ਦੀ ਏਜ ਹੈ, ਇਹ ਜਿਹੜਾ ਪੇਸ਼ ਹੋਇਆ ਅਤੇ ਜਦ ਪੇਸ਼ ਹੋ ਗਿਆ ਸਾਡੀਆਂ ਪੁਲਿਸ ਪਾਰਟੀਆਂ ਨੇ ਇਹਦੀ ਫੋਰਮਲੀ ਉੱਥੇ ਅਰੈਸਟ ਪਾ ਲਈ ਹੈ ਅਤੇ ਨਾਓ ਹੀ ਇਜ਼ ਅੰਡਰ ਅਰੈਸਟ ਅਤੇ ਲੈ ਕੇ ਹੁਣ ਉਹਨੂੰ ਅਸੀਂ ਆਪਣੇ ਇਹਨਾਂ ਦੇ ਹਵਾਲੇ ਜਿਹੜੇ ਨੇ IOL ਲੈ ਕੇ ਜਾ ਰਿਹਾ ਜਗਰਾਉਂ ਜਾ ਕੇ ਇਹਦੀ ਫਰਦਰ ਅੱਗੇ ਪੁੱਛਗਿੱਛ ਕਰਾਂ। ਹੁਣ ਸਵਾਲ ਪੁੱਛੋ। ਦੇਖੋ ਸਾਡੀ ਜਿਹੜੀ ਸਾਦਿਕ ਅਲੀ ਦੀ ਪੁੱਛਗਿੱਛ ਸੀ, ਜੋ ਸਾਦਿਕ ਅਲੀ ਕੀ ਪੁੱਛਗਿੱਛ ਸੀ ਉਹਦੀ ਪੁੱਛਗਿੱਛ ਨੇ ਇਹ ਚੀਜ਼ ਆਈ ਸੀ ਕਿ 6 ਲੋਕ ਹੈ, ਉਨ 6 ਲੋਕ ਮੈਂ ਸਬਸੇ ਨਾਮ ਉੱਪਰ ਜਗਰੂਪ ਸਿੰਘ ਕਾ ਥਾ, ਉਸਕੇ ਬਾਅਦ ਅਜੇ ਕੁਮਾਰ ਹੈ ਅਲੀਅਸ ਬ੍ਰਿਜ ਨੰਦਨ, ਉਸ ਤੋਂ ਬਾਅਦ ਸੈਯਦ ਅਲੀ ਹੈ, ਦੈਨ ਸੁਰਮਾ ਹੈ ਐਂਡ ਏਕ ਅਨਨੋਨ ਹੈ। ਤੋ ਇਨ ਸਭੀ ਕੋ ਆਈਡੈਂਟੀਫਿਕੇਸ਼ਨ ਫਿਕਸ ਹੋਣੇ ਕੇ ਬਾਅਦ ਅਨਨੋਨ ਵੀ ਜੋ ਹੈ ਸੁਰਮਾ ਕਾ ਰਿਸ਼ਤੇਦਾਰ ਹੈ। ਤੋ ਉਸ ਤੋਂ ਬਾਅਦ ਅਭੀ ਹਮਾਰੇ ਪਾਸ ਸਾਦਿਕ ਅਲੀ ਦਿਨ ਮੇਂ ਪਕੜਾ ਗਿਆ ਥਾ ਔਰ ਅਭੀ ਯੇ ਨੈਕਸਟ ਅਰੈਸਟ ਜਗਰੂਪ ਸਿੰਘ ਕੀ ਵੀ ਹੈ। ਦੋ ਅਰੈਸਟ ਹੋ ਗਏ ਜੀ ਸਰ, ਆਪਦੇ ਰੈਜ਼ੀਡੈਂਟ ਸਾਹਿਬ ਪੰਜਾਬ ਦੇ ਪ੍ਰਵਾਸੀ ਨੇ? ਹਾਂਜੀ ਪ੍ਰਵਾਸੀ ਨੇ ਇਹ ਸਾਰੇ, ਇੱਕ ਹੈ ਸਾਰੇ ਜਾਂ ਮਤਲਬ? ਦੇਖੀ ਐਸਾ ਹੈ ਜਗਰੂਪ ਸਿੰਘ ਲੋਕਲ ਹੈ, ਪੰਜਾਬੀ ਹੈ ਔਰ ਜੋ ਦੂਸਰਾ ਇੱਕ ਅਜੇ ਹੈ ਉਹ ਅਭੀ ਪਿਛਲੇ ਸਾਲ 2 ਸਾਲ ਸੇ ਪਗੜੀ ਵਗੈਰਾ ਬੰਨਤਾ ਹੈ ਬਟ ਅਦਰਵਾਈਜ਼ ਗੋਂਡਾ ਡਿਸਟ੍ਰਿਕਟ ਕਾ ਹੈ ਫਰੋਮ UP ਏਰੀਆ।